ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੋਵਿਡ-19 ਦਾ ਦੌਰ ਚੱਲ ਰਿਹਾ ਵਾ ਅਤੇ ਇਹਦਾ ਸੈਕਿੰਡ ਸਟੇਜ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ। ਇਹਦੇ ਵਿੱਚ ਲੋਕਾਂ ਵੱਲੋਂ ਕਿੰਨੇ ਕੁ ਰੂਲ ਫੋਲੋ ਕੀਤੇ ਜਾ ਰਹੇ ਨੇ, ਉਸ ਸੰਬੰਧ ਦੇ ਵਿੱਚ ਅਸੀਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਾਗਰੂਕਤਾ ਕੰਪੇਨ ਚਲਾ ਰਹੇ ਹਾਂ, ਬਟ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਵਿੱਚ ਇੰਨਾ ਕੁ ਵਿਸਲਾਪਣ ਆ ਚੁੱਕਿਆ ਵਾ ਕਿ ਉਹ ਹਦਾਇਤਾਂ ਦੀ ਅਤੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ। ਉਹ ਕਰੋਨਾ ਦੇ ਵਿੱਚ ਵੀ ਬਿਨਾਂ ਮਾਸਕ ਤੋਂ ਘੁੰਮ ਰਹੇ ਨੇ, ਮਾਲ ਦੀ ਐਂਟਰੀ ਦੇ ਉੱਤੇ ਸਭ ਨੂੰ ਮਾਸਕ ਪਵਾਏ ਜਾਂਦੇ ਨੇ, ਅੰਦਰ ਆ ਕੇ ਲੋਕ ਉਤਾਰ ਦਿੰਦੇ ਨੇ। ਇਹ ਜਿਹੜਾ ਜ਼ਿਆਦਾ ਜੀ ਅੱਜ ਕੱਲ੍ਹ ਇਹ ਵੱਧ ਰਹੀ ਆ ਕਰੋਨਾ ਦੇ ਕੇਸ, ਇਹ ਜ਼ਿਆਦਾ ਸਾਡੀ ਅਣਗਹਿਲੀ ਦਾ ਕਰਕੇ ਆ ਜੀ। ਪੰਜਾਬ ਭਰ ਦੇ ਨਾਲ ਲੁਧਿਆਣਾ ਵਿੱਚ ਵੀ ਲਗਾਤਾਰ ਕੋਰੋਨਾ ਮਹਾਮਾਰੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਮੱਦੇਨਜ਼ਰ ਰਾਤ ਦਾ ਕਰਫਿਊ ਵੀ ਲਗਾਇਆ ਗਿਆ ਹੈ, ਪਰ ਇਸ ਦੇ ਨਾਲ ਹੀ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਜਾ ਕੇ ਲੋਕਾਂ ਨੂੰ ਨਿਯਮਾਂ ਸੰਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ। ਇਸ ਦੇ ਮੱਦੇਨਜ਼ਰ ਲੁਧਿਆਣਾ ਸਿਵਲ ਸਰਜਨ ਟੀਮ ਵੱਲੋਂ ਲੁਧਿਆਣਾ ਦੇ ਵੇਵਸ ਮਾਲ ਵਿੱਚ ਕੋਰੋਨਾ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਵਿੱਚ ਲੋਕਾਂ ਨੂੰ ਅਨਾਊਂਸਮੈਂਟ ਕਰਵਾ ਕੇ ਕੋਰੋਨਾ ਨਿਯਮਾਂ ਦੀ ਵੱਧ ਤੋਂ ਵੱਧ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਮੁਲਾਜ਼ਮ ਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲੁਧਿਆਣਾ ਦੇ ਭੀੜ ਭਾੜ ਵਾਲੇ ਇਲਾਕਿਆਂ 'ਚ ਜਾ ਕੇ ਲਗਾਤਾਰ ਲੋਕਾਂ ਨੂੰ ਇਸ ਮਹਾਂਮਾਰੀ ਸੰਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਦੂਜੀ ਵੇਵ ਕਾਫੀ ਖਤਰਨਾਕ ਹੈ ਅਤੇ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਕਰਕੇ ਜਿੱਥੇ ਲੋਕਾਂ ਦਾ ਜ਼ਿਆਦਾ ਵੱਡਾ ਇਕੱਠ ਹੁੰਦਾ ਹੈ ਇਹਨਾਂ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਅਤੇ ਜੋ ਸ਼ੋਪਿੰਗ ਕੰਪਲੈਕਸ ਆਦਿ ਚਲਾ ਰਹੇ ਨੇ ਉਹਨਾਂ ਨੂੰ ਵੀ ਕੋਵਿਡ ਨਿਯਮਾਂ ਦੀਆਂ ਪਾਲਣਾ ਸਖਤੀ ਨਾਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ। ਰਜਿੰਦਰ ਸਿੰਘ ਆ ਜੀ, ਮੈਂ ਸਿਵਲ ਸਰਜਨ ਲੁਧਿਆਣਾ ਤੋਂ ਮਾਸ ਮੀਡੀਆ ਵਿੰਗ ਨੂੰ ਅਸੀਂ ਰੀਪ੍ਰਜੈਂਟ ਕਰਦੇ ਹਾਂ, ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੋਵਿਡ-19 ਦਾ ਦੌਰ ਚੱਲ ਰਿਹਾ ਵਾ ਅਤੇ ਇਹਦਾ ਸੈਕਿੰਡ ਸਟੇਜ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ। ਇਹਦੇ ਵਿੱਚ ਲੋਕਾਂ ਵੱਲੋਂ ਕਿੰਨੇ ਕੁ ਰੂਲ ਫੋਲੋ ਕੀਤੇ ਜਾ ਰਹੇ ਨੇ, ਉਸ ਸੰਬੰਧ ਦੇ ਵਿੱਚ ਅਸੀਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਾਗਰੂਕਤਾ ਕੰਪੇਨ ਚਲਾ ਰਹੇ ਹਾਂ। ਇਸ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਸਾਨੂੰ ਅਤੇ ਸਿਵਲ ਸਰਜਨ ਸਾਹਿਬ ਦੀਆਂ ਸਟੈਂਡਿੰਗ ਇੰਸਟਰਕਸ਼ਨ ਸੀ ਵੀ ਜਿੱਥੇ ਵੀ ਭੀੜ ਭਾੜ ਵਾਲੇ ਇਲਾਕੇ ਨੇ ਉੱਥੇ ਜਾ ਕੇ ਤੁਸੀਂ ਇੱਕ ਅਵੇਅਰਨੈਸ ਕੰਪੇਨ ਚਲਾਓ, ਜਿੱਥੇ ਲੋਕਾਂ ਵੱਲੋਂ ਮਾਸਕ ਦਾ ਪ੍ਰਯੋਗ ਨਹੀਂ ਕੀਤਾ ਜਾ ਰਿਹਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕੀਤੀ ਜਾ ਰਹੀ ਜਾਂ ਕੋਵਿਡ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਆ। ਉਸੇ ਸੰਬੰਧ ਵਿੱਚ ਅੱਜ ਅਸੀਂ ਫਿਰੋਜ਼ਪੁਰ ਰੋਡ 'ਤੇ ਸਥਿਤ ਵੇਵ ਮਾਲ ਵਿੱਚ ਆਏ ਸੀਗੇ। ਇੱਥੇ ਮਾਲ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ, ਕਿਉਂਕਿ ਇਹਨਾਂ ਵੱਲੋਂ ਐਂਟਰੀ ਪੁਆਇੰਟ 'ਤੇ ਹੀ ਮਾਸਕ ਰੱਖੇ ਗਏ ਨੇ, ਥਰਮਲ ਸਕੈਨਿੰਗ ਕੀਤੀ ਜਾ ਰਹੀ ਆ, ਹੈਂਡ ਸੈਨੀਟਾਈਜ਼ ਕਰਵਾ ਕੇ ਹੀ ਲੋਕਾਂ ਨੂੰ ਅੰਦਰ ਭੇਜਿਆ ਜਾ ਰਿਹਾ। ਜਿਨ੍ਹਾਂ ਕੋਲ ਮਾਸਕ ਨਹੀਂ ਹੁੰਦਾ ਤਾਂ ਉਹਨਾਂ ਨੂੰ ਗੇਟ ਦੇ ਉੱਪਰ ਹੀ ਮਾਸਕ ਦਿੱਤੇ ਜਾ ਰਹੇ ਨੇ ਤਾਂ ਜੋ ਲੋਕ ਮਾਸਕ ਲਗਾ ਕੇ ਇਸ ਕੋਵਿਡ ਦੀ ਜੋ ਚੇਨ ਚੱਲ ਰਹੀ ਆ ਉਹਨੂੰ ਰੋਕ ਸਕਣ। ਇਹਦੇ ਵਿੱਚ ਦੇਖੋ ਜੀ, ਜੋ ਮਾਲਸ ਨੇ, ਜੋ ਥੀਏਟਰਸ ਨੇ, ਉਹਨਾਂ ਵੱਲੋਂ ਜੋ ਸਰਕਾਰ ਦੀਆਂ ਹਦਾਇਤਾਂ ਨੇ, ਗਾਈਡਲਾਈਨਸ ਇਹਨਾਂ ਨੂੰ ਇਸ਼ੂ ਕੀਤੀਆਂ ਗਈਆਂ ਨੇ, ਉਹਨਾਂ ਦੀ ਅਣਬਿਨ ਪਾਲਣਾ ਕੀਤੀ ਜਾ ਰਹੀ ਆ, ਬਟ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਵਿੱਚ ਇੰਨਾ ਕੁ ਵਿਸਲਾਪਣ ਆ ਚੁੱਕਿਆ ਵਾ ਕਿ ਉਹ ਹਦਾਇਤਾਂ ਦੀ ਅਤੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ। ਉਹ ਕਰੋਨਾ ਦੇ ਵਿੱਚ ਵੀ ਬਿਨਾਂ ਮਾਸਕ ਤੋਂ ਘੁੰਮ ਰਹੇ ਨੇ, ਮਾਲ ਦੀ ਐਂਟਰੀ ਦੇ ਉੱਤੇ ਸਭ ਨੂੰ ਮਾਸਕ ਪਵਾਏ ਜਾਂਦੇ ਨੇ, ਅੰਦਰ ਆ ਕੇ ਲੋਕ ਉਤਾਰ ਦਿੰਦੇ ਨੇ। ਅਸੀਂ ਨਾ ਅੱਜ ਇੱਥੇ ਸਾਰੇ ਫਲੋਰਸ ਦੇ ਉੱਤੇ ਦੇਖਿਆ ਵਾ ਆ ਕੇ ਵੀ ਜਿਹੜੇ ਲੋਕ ਮਾਸਕ ਨਹੀਂ ਪਾ ਰਹੇ ਸੀ ਇਹਨਾਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਆਪਦੇ ਜੋ ਗਾਰਡਸ ਨੇ ਉਹ ਵਿੱਚ ਛੱਡੇ ਗਏ ਨੇ। ਜਿਨ੍ਹਾਂ ਦੇ ਮਾਸਕ ਉਤਾਰਿਆ ਹੁੰਦਾ ਤਾਂ ਉਹ ਇਮੀਡੀਏਟਲੀ ਉਹਨਾਂ ਨੂੰ ਮਾਸਕ ਲਗਾਉਣ ਲਈ ਕਹਿ ਰਹੇ ਨੇ, ਜੇਕਰ ਕੋਈ ਮਾਸਕ ਤੋਂ ਮਨਾ ਕਰਦਾ ਤਾਂ ਉਹਨੂੰ ਮਾਲ ਤੋਂ ਬਾਹਰ ਕੀਤਾ ਜਾ ਰਿਹਾ ਵਾ। ਦੋਸਤੋ, ਚੱਲਦਾ ਫਿਲਦਾ ਕਰੋਨਾ ਬੰਬ ਨੇ, ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਨਾਲ ਸਖਤੀ ਨਾਲ ਨਜਿੱਠੇ। ਜਿਹੜੇ ਐਂ ਦੇ ਬੰਦੇ ਨੇ ਉਹਨਾਂ ਦੀ ਕੋਈ ਰਿਆਇਤ ਨਹੀਂ ਕਰਨੀ ਚਾਹੀਦੀ, ਮੌਲਾਂ ਦੇ ਉੱਪਰ ਪੂਰੀ ਸਖਤੀ ਕਰਨ। ਜਿਹੜੇ ਐਂ ਦੇ ਫਿਰ ਰਹੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਰੋਨਾ ਫੈਲਣ ਤੋਂ ਰੋਕਿਆ ਜਾਵੇ। ਸੈਕਿੰਡ ਵੇਵ ਇਜ਼ ਮੋਰ ਡੇਂਜਰਸ, ਆਪਾਂ ਸਾਰਿਆਂ ਨੇ ਮਿਲ ਜੁਲ ਕੇ ਕਰੋਨਾ ਨੂੰ ਹਰਾਉਣਾ, ਹੱਥ ਸੈਨੀਟਾਈਜ਼ ਕਰਨ, 6 ਫੁੱਟ ਦੀ ਦੂਰੀ, ਮਾਸਕ ਪਾ ਕੇ ਰੱਖਣ ਅਤੇ ਆਪਣਾ ਜਿਹੜਾ ਕੰਮ ਹੈ ਉਹ ਪੈਕਿੰਗ ਵਗੈਰਾ ਕਰਨ ਅਤੇ ਉੱਥੇ ਬੈਠ ਕੇ ਗਰੇਜ ਕਰਨਾ ਚਾਹੀਦਾ। ਹਾਲੀ ਥੋੜ੍ਹੇ ਦਿਨ ਰੁਕ ਜਾਓ, ਜਗ ਜਾਂਦਿਆਂ ਦੇ ਮੇਲੇ, ਜੇ ਅਗਰ ਅਸੀਂ ਜਿੰਦੇ ਰਹਾਂਗੇ ਤਾਂ ਮੇਲੇ ਦੇਖਦੇ ਰਹਾਂਗੇ। ਇਸ ਕਰਕੇ ਮੇਲੇ ਦੇਖਣ ਵਾਸਤੇ ਆਪਾਂ ਨੂੰ ਥੋੜ੍ਹੀ ਜਿਹੀ ਸਖਤੀ ਕਰਨੀ ਪਵੇਗੀ। ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਮੌਲਾਂ ਦੇ ਉੱਪਰ ਸਖਤੀ ਕਰੇ। ਇਹ ਜਿਹੜਾ ਜ਼ਿਆਦਾ ਜੀ ਅੱਜ ਕੱਲ੍ਹ ਇਹ ਵੱਧ ਰਹੀ ਆ ਕਰੋਨਾ ਦੇ ਕੇਸ, ਇਹ ਜ਼ਿਆਦਾ ਸਾਡੀ ਅਣਗਹਿਲੀ ਦਾ ਕਰਕੇ ਆ ਜੀ। ਇਹ ਜ਼ਿਆਦਾ ਇਹਨਾਂ ਮਾਲਾਂ ਦੇ ਜਾਂ ਹੋਰ ਭੀੜ ਭੜੱਕੇ ਵਾਲੀ ਥਾਂ ਦੇ ਕਰਕੇ ਵੱਧਦਾ ਜੀ। ਇਹ ਕਰਕੇ ਸਾਰਾ ਇਤਿਹਾਸ ਰੱਖਣਾ ਚਾਹੀਦਾ, ਖਾਸ ਤੌਰ 'ਤੇ ਆ ਜਿੱਦਾਂ ਮਾਲ ਆ ਜਾਂ ਹੋਰ ਭੀੜ ਭੜੱਕੇ ਵਾਲੇ ਥਾਂ ਜਿਵੇਂ ਬੱਸ ਸਟੈਂਡ ਆ, ਹੋਰ ਉਹਨਾਂ ਥਾਵਾਂ ਸਾਰਿਆਂ 'ਤੇ, ਰੇਲਵੇ ਸਟੇਸ਼ਨ ਹੋ ਗਏ, ਸਿਨੇਮੇ ਹੋਲ ਆ,
ਉਹਨਾਂ ਵਿੱਚ ਇਹਦਾ ਰੱਖਣਾ ਚਾਹੀਦਾ ਜੀ ਪ੍ਰਬੰਧ ਬੜਾ। ਇਹ ਨਹੀਂ ਕਰਦਾ ਜਿਹੜਾ ਗਾਹਕ ਆਉਂਦਾ ਵਾ, ਜੇ ਉਹਨੇ ਨਹੀਂ ਪੂਰੇ ਪ੍ਰਬੰਧ ਕੀਤੇ ਉਹਦੇ 'ਤੇ ਐਕਸ਼ਨ ਲੈਣਾ ਚਾਹੀਦਾ ਜੀ। ਲੁਧਿਆਣਾ ਲਾਈਵ ਲਈ ਟਿੰਕਾ ਚਾਤੀ ਰਿਪੋਰਟ।